ਉੱਚਾ ਦਰਬਾਬੇ ਨਾਨਕ ਦਾ ਉੱਚਾ ਦਰਬਾਬੇ ਭਾਈ ਲਾਲੋ ਜੀ ਦੇ ਨਾਮ ਦੇ ਉੱਤੇ ਜੀ ਇਹ ਬਹੁਤ ਸੋਹਣੀ ਬਗੀਚੀ ਬਣੀ ਹੋਈ ਆ ਜੀ ਦੇਖ ਸਕਦੇ ਆਪਾਂ ਆਪਣੀ ਸਕਰੀਨ ਦੇ ਉੱਤੇ ਬਹੁਤ ਵੱਡੇ ਏਰੀਆ ਦੇ ਵਿੱਚ ਜੀ ਇਹ ਬਗੀਚੀ ਬਣੀ ਹੋਈ ਆ ਜੀ ਜਕਿੰਦਰ ਸਿੰਘ ਜੀ ਦਾ ਬਹੁਤ ਵੱਡਾ ਅਪਰਾਲਾ ਜੀ ਇਹ ਉਹਨਾਂ ਦਾ ਸਪੋਕਸਮੈਨ ਅਖਬਾਰ ਵੀ ਚੱਲਦਾ ਆ ਸਰਦਾਰ ਜਗਿੰਦਰ ਸਿੰਘ ਜੀ ਇਸ ਜਗ੍ਹਾ ਦੇ ਜੀ ਉੱਚਾ ਦਰਬਾਬੇ ਨਾਨਕ ਜੀ ਦੇ ਮਾਲਕਨੀ ਜੀ ਬਣੇ ਜਿਹੜੇ ਟਰਸਟੀ ਨੇ ਜੀ ਉਹੀ ਇਸ ਜਗ੍ਹਾ ਨੂੰ ਚਲਾ ਰਹੇ ਨੇ ਜੀ 20 ਕਿੱਲਿਆਂ ਦੇ ਵਿੱਚ ਇਹ ਜਗ੍ਹਾ ਜੀ ਇਹ ਸਥਾਨ ਬਣਿਆ ਹੋਇਆ ਜੀ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਅਜਾਇਬ ਘਰ ਨੂੰ ਉੱਚਾ ਦਰਬਾਬਾ ਨਾਨਕ ਜੀ ਦੀ ਇਸ ਜਗ੍ਹਾ ਨੂੰ ਦੇਖਣ ਆਇਓ ਜੀ ਫਲਸਫੀ ਦੀ ਕਹਾਣੀ ਸਟੋਰੀ ਆਫ ਫਲਸਫੀ ਜੀ ਇਸ ਜਿਹੜਾ ਰੂਮ ਆ ਜੀ ਇਹ ਇਹਦੇ ਅੰਦਰ ਦਿਖਾਇਆ ਜਾਂਦਾ ਤੁਸੀਂ ਪੜ ਸਕਦੇ ਹੋ ਮਨੁੱਖੀ ਵਿਕਾਸ ਦੀ ਕਹਾਣੀ ਪਹਿਲੀ ਸਟੇਜ ਜੀ ਛੋਟੇ ਹੁੰਦਿਆਂ ਨੂੰ ਮਾਂ ਜਦੋਂ ਬੱਚਾ ਦੁੱਧ ਨਹੀਂ ਪੀਂਦਾ ਸੀ ਤਾਂ ਮਾਂ ਉਹ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੀ ਸੀ ਵੀ ਦੁੱਧ ਪੀਲਾ ਨਹੀਂ ਤਾਂ ਸ਼ੇਰ ਆਜੂ ਸ਼ੇਰ ਤੈਨੂੰ ਖਾ ਜਾਊਗਾ ਮਾਂ ਰੋਂਦੀ ਰਹੂਗੀ ਜਾਂ ਮਾਂ ਕਹਾਣੀਆਂ ਸੁਣਾਉਂਦੀ ਸੀਗੀ ਬੱਚੇ ਨੂੰ ਸ਼ਾਮ ਵੇਲੇ ਜੀ ਵੀ ਜੰਗਲ ਵਿੱਚ ਇੱਕ ਬੜੀ ਗੰਦੀ ਸ਼ਕਲ ਵਾਲਾ ਜਨ ਰਹਿੰਦਾ ਆ ਹੁਣਾ ਸੂਰਜ ਛਪਣ ਤੋਂ ਬਾਅਦ ਉਹ ਛੋਟੇ ਬੱਚਿਆਂ ਨੂੰ ਖਾ ਜਾਂਦਾ ਆ ਜਿਹੜਾ ਬੱਚਾ ਦੁੱਧ ਨਹੀਂ ਪੀਂਦਾ ਹੈਗਾ ਮਾਂ ਇਦਾਂ ਦੀਆਂ ਕਹਾਣੀਆਂ ਸੁਣਾਉਂਦੀ ਸੀ ਕਈ ਮਾਂ ਜਿਹੜੀਆਂ ਕਹਾਣੀਆਂ ਸੁਣਾਉਂਦੀ ਸੀ ਆਪਣੇ ਬੱਚੇ ਨੂੰ ਇਹ ਝੂਠੀਆਂ ਤੇ ਮਨਕਰਤ ਕਹਾਣੀਆਂ ਨਹੀਂ ਸੀ ਸੁਣਾ ਰਹੀ ਹਾਂ ਇਹ ਕਹਾਣੀਆਂ ਝੂਠੀਆਂ ਤੇ ਮਨਕਰਤ ਸੀਗੀਆਂ ਪਰ ਸਾਡੀ ਜਿਹੜੀ ਮਾਂ ਸੀ ਉਹਦਾ ਇਰਾਦਾ ਗਲਤ ਨਹੀਂ ਸੀ ਜੀ ਉਹ ਕੱਚੀ ਉਮਰ ਤੇ ਕੱਚੀ ਸਮਝ ਵਾਲੇ ਬੱਚੇ ਦੇ ਅੰਦਰ ਦੁੱਧ ਪੀਣ ਦੀ ਆਦਤ ਪੱਕੀ ਕਰਨ ਲਈ ਤਾਂ ਜੋ ਉਹਦਾ ਬੱਚਾ ਰਿਸ਼ਟਪੋਸ਼ਟ ਤੇ ਤਕੜੇ ਜੁੱਸੇ ਵਾਲਾ ਜਵਾਨ ਬਣ ਜਾਵੇ ਇਹ ਝੂਠੀਆਂ ਕਹਾਣੀਆਂ ਦੀ ਵਰਤੋਂ ਕਰਦੀ ਸੀ ਜੀ ਤੇ ਇੱਕ ਤਸਵੀਰ ਇਹ ਲੱਗੀ ਹੋਈ ਆ ਜੀ ਮਨੁੱਖੀ ਵਿਕਾਸ ਦੀ ਕਹਾਣੀ ਪਹਿਲੀ ਸਟੇਜ ਇਹਦੇ ਵਿੱਚ ਵੀ ਜਿਹੜੀਆਂ ਅੱਜ ਝੂਠੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਪੁਜਾਰੀ ਵੱਲੋਂ ਤੁਸੀਂ ਵੀਡੀਓ ਨੂੰ ਰੋਕ ਕੇ ਵੀ ਪੜ ਸਕਦੇ ਆਂ ਬੱਚਾ ਸਮਝ ਜਾਂਦਾ ਜਦੋਂ ਵੱਡਾ ਹੁੰਦਾ ਵੀ ਸਾਡੀ ਮਾਂ ਸਾਨੂੰ ਸਮਝਾਉਣ ਲਈ ਕੁਝ ਮਨ ਘੜਤ ਕਹਾਣੀਆਂ ਸੁਣਾਉਂਦੀ ਸੀ ਪਰ ਜਿਹੜਾ ਪੁਜਾਰੀ ਆ ਉਹ ਵੀ ਮਨ ਘੜਤ ਕਹਾਣੀਆਂ ਸੁਣਾਉਂਦਾ ਆ ਪਰ ਉਹ ਹਲੇ ਤੱਕ ਵੀ ਨਹੀਂ ਇਹ ਮੰਨ ਰਿਹਾ ਵੀ ਇਹ ਕਹਾਣੀਆਂ ਮਨ ਘੜਤ ਨੇ ਜੇਕਰ ਜਿਹੜਾ ਪੁਜਾਰੀ ਆ ਸਦੀਆਂ ਮਗਰੋਂ ਵੀ ਮਨ ਘੜਤ ਸਾਖੀਆਂ ਨੂੰ ਅਜੇ ਵੀ ਸੱਚੀ ਸੱਚੀਆਂ ਆਖੀ ਜਾਂਦਾ ਆ ਤੇ ਮਨ ਘੜਤ ਪਾਤਰਾਂ ਦੀ ਪੂਜਾ ਅਰਚਨਾ ਕੀਤੀ ਜਾਂਦਾ ਆ ਕਿਉਂਕਿ ਇਹ ਕੰਮ ਉਸ ਦੀ ਕਮਾਈ ਦਾ ਸਾਧਨ ਬਣ ਚੁੱਕਾ ਆ ਦੋ ਤਸਵੀਰਾਂ ਨੇ ਆਪਾਂ ਦੇਖ ਲਈਆਂ ਨੇ ਜੀ ਬਹੁਤ ਵੱਡਾ ਜੀ ਇਹ ਫਲਸਫੀ ਸੈਂਟਰ ਜੀ ਫਲਸਫੀ ਰੂਮ ਕਹਿ ਸਕਦੇ ਆਪਾਂ ਬਣਿਆ ਹੋਇਆ ਸਕਰੀਨ ਦੇ ਉੱਤੇ ਜੀ ਇਹ ਮਨੁੱਖੀ ਵਿਕਾਸ ਦੀ ਦੂਜੀ ਕਹਾਣੀ ਆ ਜੀ ਦੂਜੀ ਸਟੇਜ ਆ ਜੀ ਆਪਾਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਆ ਇਹ ਜਦੋਂ ਬੱਚਾ ਜਵਾਨ ਹੁੰਦਾ ਆ ਉਸ ਵੇਲੇ ਦੀ ਸਟੇਜ ਆ ਜੀ ਇਹ ਜਦੋਂ ਵਿਆਹ ਹੋ ਜਾਂਦਾ ਉਸ ਵੇਲੇ ਦੀ ਸਟੇਜ ਆ ਨੌਕਰੀ ਲੈਣੀ ਹੁੰਦੀ ਆ ਇਹ ਉਸ ਵੇਲੇ ਦੀ ਦੂਜੀ ਸਟੇਜ ਆ ਜੀ ਇਹ ਵੀ ਵੀਡੀਓ ਨੂੰ ਰੋਕ ਕੇ ਆਪਾਂ ਪੜ ਸਕਦੇ ਆ ਜਣੀ ਜਦੋਂ ਆਪਾਂ ਜੀ ਇਸ ਮਿਊਜ਼ੀਅਮ ਦੇ ਵਿੱਚ ਵਿਸਟ ਕਰਦੇ ਆਂ ਜੀ ਐਂਟਰ ਹੁੰਨੇ ਆ ਤੁਸੀਂ ਯਕੀਨ ਮੰਨਿਓ ਸਾਡੇ ਜੀਵਨ ਨਾਲ ਸੰਬੰਧਿਤ ਚੀਜ਼ਾਂ ਇਸ ਜਗ੍ਹਾ ਦਿਖਾਈਆਂ ਜਾਂਦੀਆਂ ਨੇ ਜਦੋਂ ਆਪਣੇ ਬੱਚੇ ਇਸ ਜਗ੍ਹਾ ਆਉਂਦੇ ਨੇ ਜੀ ਇਹ ਤੀਜੀ ਸਟੇਜ ਆ ਆਪਾਂ ਵੀਡੀਓ ਨੂੰ ਰੋਕ ਕੇ ਪੜ ਸਕਦੇ ਆਂ ਜੀ ਬੱਚਿਆਂ ਨੂੰ ਬਹੁਤ ਜ਼ਿਆਦਾ ਗਿਆਨ ਅਕਲ ਦੇ ਵਿੱਚ ਵਾਧਾ ਹੁੰਦਾ ਆ ਜੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਲਿਆਉਂਦੇ ਆਂ ਜੀ ਇਸ ਪ੍ਰਬੰਧਕ ਕਮੇਟੀ ਵੱਲੋਂ ਜੀ ਬਹੁਤ ਵਧੀਆ ਤੇ ਵੱਡਾ ਅਪਰਾਨਾ ਜੀ ਇਸ ਜਗ੍ਹਾ ਦੇ ਉੱਤੇ ਕੀਤਾ ਹੋਇਆ ਜੀ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਇਸ ਜਗ੍ਹਾ ਦੇ ਉੱਤੇ ਆਇਓ ਜੀ ਬਹੁਤ ਵਧੀਆ ਇੱਥੋਂ ਦੇ ਜਿਹੜੇ ਪ੍ਰਬੰਧ ਚਲਾ ਰਹੇ ਨੇ ਉਹਨਾਂ ਦਾ ਨੇਚਰ ਆ ਸੁਭਾਅ ਬਹੁਤ ਵਧੀਆ ਆ ਜੀ ਬਹੁਤ ਵਧੀਆ ਡੀਲ ਕਰਦੇ ਨੇ ਕੋਈ 200 ਰੁਪਈਆ ਕੋਈ ਵੱਧ ਰਕਮ ਨਹੀਂ ਹੈਗੀ ਜੀ ਜੇਕਰ ਆਪਣੇ ਬੱਚੇ ਦੇ ਗਿਆਨ ਦੇ ਵਿੱਚ ਵਾਧਾ ਹੁੰਦਾ ਆ ਵਿਕਾਸ ਹੁੰਦਾ ਸਾਡੇ ਬੱਚੇ ਦਾ ਤਾ ਆਪਾਂ 200 ਰੁਪਈਆ ਖਰਚ ਕੇ ਜੀ ਉਹਦੇ ਗਿਆਨ ਦੇ ਵਿੱਚ ਉਹਦੀ ਸਮਝ ਦੇ ਵਿੱਚ ਵਾਧਾ ਕਰ ਸਕਦੇ ਹਾਂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਕਸ਼ਟ ਝੱਲੇ ਨੇ ਆਪਣੇ ਜੀਵਨ ਦੇ ਵਿੱਚ ਜੀ ਇਸ ਲਕਾਈ ਨੂੰ ਤਾਰਨ ਵਾਸਤੇ ਜੀ ਉਹਨਾਂ ਨਾਲ ਸੰਬੰਧਿਤ ਜੀ ਇਹ ਜਗ੍ਹਾ ਬਣੀ ਹੋਈ ਆ ਜੀ ਉਹਨਾਂ ਦੇ ਨਾਮ ਦੇ ਨਾਲ ਸੰਬੰਧਿਤ ਜੀ ਇੱਕ ਵਾਰ ਜ਼ਰੂਰ ਜੀ ਇਸ ਜਗ੍ਹਾ ਦੇ ਉੱਤੇ ਵਿਸਟ ਕਰਿਓ ਬਹੁਤ ਸੋਹਣੀ ਐ ਤੇ ਵੱਡੀ ਜੀ ਇਹ ਜਗ੍ਹਾ ਬਣੀ ਹੋਈ ਆ ਜੀ ਅੱਜ ਉਹ ਹੁਣ ਆਪਾਂ ਚੱਲਦੇ ਆਂ ਅੱਗੇ ਨੂੰ ਜੀ ਸਾਨੂੰ ਜੀ ਇਥੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮਿਊਜ਼ੀਅਮ ਦੇ ਵਿੱਚ ਇਸ ਰਜਾਇਬ ਘਰ ਦੇ ਵਿੱਚ ਨਨਕਾਣਾ ਬਾਜ਼ਾਰ ਦੀ ਸਥਾਪਨਾ ਵੀ ਕੀਤੀ ਹੋਈ ਹੈ ਜਿੱਥੋਂ ਆਪਾਂ ਗਰੋਸਰੀ, ਸਾਈਕਲ, ਕੱਪੜੇ ਆਦਮਣ ਖਰੀਦ ਸਕਦੇ ਆ ਆਪਾਂ ਉਸ ਨੂੰ ਵੀ ਵਿਜ਼ਿਟ ਕਰਾਂਗੇ ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਨੇ ਰਹੋ ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਨੂੰ ਸ਼ੇਅਰ ਕਰਿਓ ਬਨੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਆਓ ਚੱਲੀਏ ਜੀ ਹੁਣ ਆਪਾਂ ਅਗੇ ਨੂੰ ਏ ਨਾ ਜੇ ਆਪਾਂ ਉਹ ਰਿਹਾਇਸ਼ ਕਰਨੀ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਰੂਮ ਮਿਲ ਜਾਂਦੇ ਨੇ ਜੀ ਇਹ ਬਹੁਤ ਵੱਡੇ ਏਰੀਏ ਦੇ ਵਿੱਚ ਜੀ ਇਹ ਰਹਿੈਸ਼ੀ ਕਮਰੇ ਬਣੇ ਹੋਏ ਨੇ ਜੀ ਜਿਨ੍ਹਾਂ ਦਾ ਤਕਰੀਬਨ ਰੈਂਟ ਜੀ 900 ਤੋਂ 1000 ਰੁਪਏ ਦੇ ਵਿੱਚ ਆ ਜੀ ਜੇਕਰ ਆਪਾਂ ਰਹਿੈਸ਼ ਲਈ ਕਮਰਾ ਲੈਣਾ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਲੈ ਸਕਦੇ ਆ ਜੀ ਬਹੁਤ ਵੱਡਾ ਪ੍ਰਬੰਧ ਜੀ ਕਮਰਿਆਂ ਦਾ ਵੀ ਇਸ ਜਗ੍ਹਾ ਦੇ ਉੱਤੇ ਇਸ ਸਥਾਨ ਦੇ ਉੱਤੇ ਉੱਚਾ ਦਰਬਾਬਾ ਨਾਨਕ ਜੀ ਦੇ ਨਾਮ ਦੇ ਉੱਤੇ ਜਿਹੜੀ ਇਹ ਜਗ੍ਹਾ ਬਣੀ ਹੋਈ ਆ ਇਸ ਜਗ੍ਹਾ ਕੀਤਾ ਹੋਇਆ ਜੀ ਇੱਥੋਂ ਦੇ ਪ੍ਰਬੰਧਕਾਂ ਵੱਲੋਂ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਬਹੁਤ ਵੱਡਾ ਜੀ ਦੀਵਾਰ ਦੇ ਉੱਤੇ ਜੀ ਸੋਲਰ ਪੈਨਲ ਲਾਇਆ ਹੋਇਆ ਜੀ ਜੋ ਕਿ ਅੱਜ ਦੇ ਸਮੇਂ ਦੀ ਲੋਡ ਆ ਜੀ ਮੁੱਖ ਲੋਡ ਆ ਦੇਖ ਸਕਦੇ ਆਪਾਂ ਸਕਰੀਨ ਦੇ ਉੱਤੇ ਆਪਣੀ ਤੇਜੀ ਹਲੋ 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 ਇਹ ਬਹੁਤ ਵੱਡਾ ਸੋਲਰ ਪੈਨਲ ਜੀ ਇਸ ਜਗ੍ਹਾ ਲੱਗਿਆ ਹੋਇਆ ਜੀ ਰਾਏ ਬੁਲਾਰ ਸਫਾਖਾਨਾ ਜੀ ਰਾਏ ਬੁਲਾਰ ਹਸਪੀਟਲ ਵੀ ਬਣਿਆ ਹੋਇਆ ਇਸ ਜਗ੍ਹਾ ਦੇ ਉੱਤੇ ਜੀ ਆਪਾਂ ਦੇਖ ਸਕਦੇ ਹਾਂ ਸਕਰੀਨ ਦੇ ਉੱਤੇ ਤੇ ਇਹਦੇ ਨਾਲ ਹੀ ਬਣੀ ਹੋਈ ਹੈ ਰਸੋਈ ਜੀ ਕਿਚਨ ਜੀ ਜੇਕਰ ਆਪਾਂ ਕੁਝ ਖਾਣਾ ਹੋਵੇ ਪੀਣਾ ਹੋਵੇ ਤਾਂ ਇਸ ਜਗ੍ਹਾ ਤੋਂ ਆਪਾਂ ਲੈ ਸਕਦੇ ਹਾਂ ਜੀ ਬਹੁਤ ਵੱਡੀ ਇਹ ਰਸੋਈ ਕਿਚਨ ਜੀ ਇਸ ਜਗ੍ਹਾ ਬਣੀ ਹੋਈ ਹੈ ਜੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ ਸਾਡਾ ਹੌਸਲਾ ਵਧਾਓ ਜੀ ਹੁਣ ਆਪਾਂ ਚੱਲਦੇ ਆਂ ਜੀ ਸਿੱਖ ਅਜਾਇਬ ਘਰ ਦੇ ਵਿੱਚ ਅਜਾਇਬ ਘਰ ਦੇ ਵਿੱਚ ਜੀ ਮਿਊਜ਼ੀਅਮ ਬਣਿਆ ਹੋਇਆ ਜੀ ਪੰਜ ਮੂਵੀਜ਼ ਜੀ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਜੀ ਇਸ ਮਿਊਜ਼ੀਅਮ ਦੇ ਅੰਦਰ ਦਿਖਾਈਆਂ ਜਾਂਦੀਆਂ ਨੇ ਜੀ ਪੜ੍ਹ ਸਕਦੇ ਆ ਤੁਸੀਂ ਸਕਰੀਨ ਦੇ ਉੱਤੇ ਮੋਬਾਈਲ ਅਲਾਉਡ ਨਹੀਂ ਹੈਗਾ ਜੀ ਇਹਦੇ ਅੰਦਰ ਜੀ ਇਸ ਲਈ ਆਪਾਂ ਅੰਦਰ ਵੀਡੀਓ ਨਹੀਂ ਬਣਾ ਸਕਦੇ ਜੀ ਆ ਕੇ ਆਪਾਂ ਅੰਦਰ ਮਿਊਜ਼ੀਅਮ ਦੇਖ ਕੇ ਜੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਕੀ ਕੁਝ ਐਸ ਮਿਊਜ਼ੀਅਮ ਦੇ ਵਿੱਚ ਆਪਾਂ ਦੱਸਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਬਣੇ ਰਹੋ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਜੀ ਇਹ ਆ ਜੀ ਅਜਾਇਬ ਘਰ ਮਿਊਜ਼ੀਅਮ ਮੋਬਾਈਲ ਹੋਰੇ ਤੱਕ ਲਾਊਡ ਆ ਜੀ ਇਸ ਤੋਂ ਅੱਗੇ ਮੋਬਾਈਲ ਅਲਾਉਡ ਨਹੀਂ ਹੈਗਾ ਜੀ ਆਪਾਂ ਲੈ ਕੇ ਨਹੀਂ ਜਾ ਸਕਦੇ ਜੀ ਇਸ ਜਗ੍ਹਾ ਮੋਬਾਈਲ ਆਪਾਂ ਨੂੰ ਜਮ੍ਹਾਂ ਕਰਵਾਉਣਾ ਪੈਂਦਾ ਆ ਜੀ ਤੇ ਆਪਾਂ ਵੀ ਆਪਣਾ ਮੋਬਾਈਲ ਜਮ੍ਹਾਂ ਕਰਵਾਵਾ ਦੰਨੇ ਆ ਜੀ ਤੇ ਚੱਲਦੇ ਆਂ ਅੰਦਰ ਨੂੰ ਜੀ ਆਪਾਂ ਜੀ ਅੰਦਰ ਤੋਂ ਵਿਜ਼ਿਟ ਕਰ ਲਿਆ ਆ ਇਸ ਅਜਾਇਬ ਘਰ ਨੂੰ ਇਸ ਅਜਾਇਬ ਘਰ ਦੇ ਵਿੱਚ ਚੱਕੀ ਆ ਨਾਨਕਸ਼ਹੀ ਇੱਟਾਂ ਨੇ ਨਾਨਕਸ਼ਹੀ ਕਲੰਡਰ ਆ ਜੀ ਡਾਕ ਟਿਕਟਾਂ ਨੇ ਸਿੱਕੇ ਨੇ ਅਤੇ ਕਈ ਲਖਾਰੀਂ ਦੇ ਲਿਖਤਾਂ ਨੇ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਨਾਲ ਸੰਬੰਧਿਤ ਜੀ ਉਹ ਇਸ ਅਜਾਇਬ ਘਰ ਦੇ ਵਿੱਚ ਮੌਜੂਦ ਨੇ ਜੀ ਕੈਮਰਾ ਅਲਾਉਡ ਨਹੀਂ ਸੀ ਇਸ ਲਈ ਆਪਾਂ ਕੈਮਰਾ ਨਹੀਂ ਲੈ ਕੇ ਗਏ ਜੀ ਤੁਸੀਂ ਯਕੀਨ ਮੰਨਿਓ ਸਰਦਾਰ ਜਗਿੰਦਰ ਸਿੰਘ ਜੀ ਜੀਹਾਂ ਦੀ ਡੈਥ ਜੀ 4 ਅਗਸਤ 2024 ਨੂੰ ਹੋਈ ਆ ਜੀ ਬਹੁਤ ਵੱਡਾ ਅਪਰਾਲਾ ਜੀ ਸਰਦਾਰ ਜਗਿੰਦਰ ਸਿੰਘ ਜੀ ਨੇ ਇਸ ਜਗ੍ਹਾ ਦੇ ਉੱਤੇ ਕੀਤਾ ਆ ਤੁਸੀਂ ਯਕੀਨ ਮੰਨਿਓ ਜਦੋਂ ਤੁਸੀਂ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਜੀ ਇਸ ਸਥਾਨ ਦੇ ਉੱਤੇ ਆਉਨੇ ਹੋ ਵਿਸਤ ਕਰਦੇ ਹੋ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਜ਼ਰੂਰ ਜੀ ਵੀ ਧੰਗੁਰ ਨਾਨਕ ਸਾਹਿਬ ਜੀ ਦੇ ਨਾਲ ਸਰਦਾਰ ਜਗਿੰਦਰ ਸਿੰਘ ਜੀ ਦਾ ਬਹੁਤ ਪਿਆਰ ਸੀ ਬਹੁਤ ਸੋਹਣਾ ਅਤੇ ਵੱਡਾ ਜੀ ਇਹ ਧੰਗੁਰ ਨਾਨਕ ਸਾਹਿਬ ਜੀ ਦੀ ਜੀਵਨੀ ਦੇ ਨਾਲ ਜੁੜਿਆ ਹੋਇਆ ਜੀ ਇਹ ਅਜਾਇਬ ਘਰ ਇਹ ਮਿਊਜ਼ੀਅਮ ਜੀ ਉੱਚਾ ਦਰਬਾਬੇ ਨਾਨਕ ਦਾ ਬਣਿਆ ਹੋਇਆ ਜੀ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਸਥਾਨ ਦੇ ਦਰਸ਼ਨ ਕਰਿਓ ਜੀ ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸਥਾਨ ਬਣਿਆ ਹੋਇਆ ਜੀ ਧੰਗੁਰ ਨਾਨਕ ਸਾਹਿਬ ਜੀ ਦਾ ਇੱਕ ਬਚਨ ਸੀ ਜੀ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਜੀ ਮੈਂ ਇਨਸਾਨੀਅਤ ਵਿੱਚ ਵੱਸਦਾ ਹਾਂ ਤੇ ਲੋਕ ਮੈਨੂੰ ਮਝਮਾ ਚੋਂ ਪਾੜਦੇ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਤੁਸੀਂ ਯਕੀਨ ਮੰਨਿਓ ਬਹੁਤ ਸੋਹਣਾ ਅਤੇ ਵੱਡਾ ਜੀ ਇਹ ਸ਼ੰਭੂ ਤੋਂ ਤਕਰੀਬਨ ਜੀ ਇਸ ਸਥਾਨ ਦੀ ਦੂਰੀ ਜੀ ਡੇਢ ਤੋਂ 2 ਕਿਲੋਮੀਟਰ ਸਰਦਾਰ ਜਗਿੰਦਰ ਸਿੰਘ ਜੀ ਨੇ ਬਹੁਤ ਵੱਡਾ ਜੀ ਇਹ ਅਪਰਾਲਾ ਕੀਤਾ ਆ ਧੰਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਸਮਰਪਿਤ ਜੀ ਇਹ ਬਹੁਤ ਸੋਹਣਾ ਅਤੇ ਵੱਡਾ ਜੀ ਸਥਾਨ ਬਣਿਆ ਹੋਇਆ ਧੰਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਸੀ ਜੀ ਉਹ ਚਾਰੇ ਉਦਾਸੀਆਂ ਜੀ ਤਸਵੀਰ ਰਾਹੀ ਇਸ ਸਥਾਨ ਤੇ ਇਸ ਜਾਇਬ ਘਰ ਦੇ ਵਿੱਚ ਦਰਸਾਈਆਂ ਹੋਈਆਂ ਨੇ ਜੀ ਆਪ ਸਭ ਨੇ ਮਿਲ ਕੇ ਜੀ ਉੱਚਾਦਰ ਬਾਬੇ ਨਾਨਕ ਦਾ ਮਿਊਜ਼ੀਅਮ ਨੂੰ ਵਿਜ਼ਿਟ ਕਰ ਲਿਆ ਹੈ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਵਰਤਵਾਇਸ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਹੁਣ ਆਪਾਂ ਮਿਲਾਂਗੇ ਨਵੇਂ ਸਥਾਨ ਤੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ